ਬਹੁਤ ਹੀ ਸਤਿਕਾਰਯੋਗ ਸਮੂਹ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਨਾ ਸਰਦਾਰ ਦੀਪ ਸਿੰਘ ਸਿੱਧੂ ਜੀ ਜੋਗਾ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਸਾਥੀ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਆਪਦੇ ਵਿੱਚ ਬੁਲਾ ਕੇ ਤੋਡੇ ਵਿੱਚ ਬੈਠ ਕੇ ਜਿੱਥੇ ਵਿਚਾਰਾਂ ਸੁਣਨ ਦਾ ਉੱਥੇ ਵਿਚਾਰਾ ਰੱਖਣ ਦਾ ਵੀ ਮੌਕਾ ਦਿੱਤਾ ਹੈ ਮੈਂ ਸਮਝਦਾ ਇਹ ਸ਼ੰਭੂ ਦਾ ਮੋਰਚਾ ਹੈ ਇਹ ਇੱਕ ਜਿਹੜੀ ਹੈ ਨਿਸ਼ਾਨੀ ਬਣ ਗਿਆ ਹੈ ਪੰਜਾਬ ਦੇ ਸੰਘਰਸ਼ ਦੀ ਵੈਸੇ ਤਾਂ ਪੰਜਾਬ ਦੇ ਹਰ ਹਿੱਸੇ ਦੇ ਵਿੱਚ ਹਰ ਸੜਕ ਤੇ ਕਿਸਾਨ ਬੈਠੇ ਨੇ ਕਿਸਾਨ ਜਥੇਬੰਦੀਆਂ ਬੈਠੀਆਂ ਸਾਰਿਆਂ ਦਾ ਆਪਦਾ ਬਹੁਤ ਵੱਡਾ ਯੋਗਦਾਨ ਹੈ ਇਸ ਸੰਘਰਸ਼ ਨੂੰ ਅੱਗੇ ਲਿਜਾਣ ਦੇ ਵਿੱਚ ਪਰ ਇਹਦੇ ਨਾਲ ਮੈਂ ਸਮਝਦਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਇੱਕ ਸੰਯੁਕਤ ਇਕੱਠਾ ਸੰਘਰਸ਼ ਇੱਕ ਝੰਡੇ ਥੱਲੇ ਇਹ ਉਲੀਕਿਆ ਜਾਵੇ ਤਾਂ ਕਿ ਆਪਾਂ ਇਸ ਨਿਸ਼ਾਨੇ ਜਿਸ ਵੱਲ ਚੱਲੇ ਉਹ ਤੇ ਜਿੱਤ ਪ੍ਰਾਪਤ ਕਰ ਸਕੀਏ ਜੇ ਆਪਾਂ ਇਹਦੀ ਬੁਨਿਆਦ ਕੀ ਕਾਰਨ ਬਣਿਆ ਕਿਉਂ ਇਹ ਕਾਨੂੰਨ ਲਿਆਂਦੇ ਗਏ ਦੇ ਵੱਲ ਜਾਈਏ ਤਾਂ ਮੈਂ ਸਮਝਦਾ ਤੁਸੀਂ ਵੀ ਜਾਣਦੇ ਹੋ ਵੀ ਇਹ ਕਾਨੂੰਨ ਕਹੇ ਤਾਂ ਇਹ ਜਾਂਦੇ ਨੇ ਵੀ ਇਹ ਕਿਸਾਨਾਂ ਵਾਸਤੇ ਲਿਆਂਦੇ ਗਏ ਪਰ ਕਦੇ ਕਿਸੇ ਕਿਸਾਨ ਨੇ ਕਿਸਾਨ ਜਥੇਬੰਦੀ ਨੇ ਇਹਨਾਂ ਕਾਨੂੰਨਾਂ ਦੀ ਮੰਗ ਨਹੀਂ ਕੀਤੀ ਇਹ ਤਾਂ ਕਿਸਾਨਾਂ ਦੇ ਜਿਹੜਾ ਗਲ ਚ ਠੋਸੇ ਗਏ ਨੇ ਤੇ ਇਹ ਜਿਹੜੇ ਕਾਨੂੰਨ ਨੇ ਇਹਨਾਂ ਦਾ ਮਕਸਦ ਕੀ ਹੈ ਇਹਨਾਂ ਦਾ ਮਕਸਦ ਹੈ ਕਿ ਹੌਲੀ-ਹੌਲੀ ਜਿਹੜੀ ਸਰਕਾਰ ਹੈ ਉਹ ਸਰਕਾਰੀ ਖਰੀਦ ਚੋਂ ਬਾਹਰ ਆ ਜੇ ਕਿਉਂ ਸਰਕਾਰੀ ਖਰੀਦ ਚੋਂ ਬਾਹਰ ਆਉਣਾ ਚਾਹੁੰਦੇ ਆ ਉਹ ਕਿਉਂਕਿ ਉਹਨਾਂ ਨੇ ਇੱਕ ਫੈਸਲਾ ਕਰ ਲਿਆ ਜਿਵੇਂ ਡਾਇਰੈਕਟ ਸਬਸਿਡੀ ਆਪਾਂ ਹਰ ਚੀਜ਼ ਲਈ ਇਹਨਾਂ ਨੇ ਸ਼ੁਰੂ ਕੀਤੀ ਹੈ ਵੀ ਸਿੱਧਾ ਖਾਤਿਆਂ 'ਚ ਪਾ ਦਿਓ ਇਹ ਆਪਣੀ ਫਸਲ ਕਾਦੇ ਵਾਸਤੇ ਖਰੀਦੀ ਜਾਂਦੀ ਹੈ ਇਹ ਖਰੀਦੀ ਜਾਂਦੀ ਹੈ ਜਿਹੜਾ ਪੀਡੀਐਸ ਸਿਸਟਮ ਹੈ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਉਹਦੇ ਵਾਸਤੇ ਗਰੀਬਾਂ ਨੂੰ ਦੇਣ ਲਈ ਜਿਹੜੀ ਕੇਂਦਰ ਸਰਕਾਰ ਖਰੀਦੀ ਹੈ ਤੇ ਉਹ ਖਰੀਦ ਕੇ ਸਟੋਰ ਕਰਕੇ ਵੱਖ-ਵੱਖ ਸੂਬਿਆਂ 'ਚ ਜਿੱਥੇ ਵੀ ਜਿਹੜੀ ਹੈ 2 ਰੁਪਏ ਕਿਲੋ ਕਣਕ ਜਾਂ ਜਿਹੜੇ ਚੌਲ ਨੇ ਉਹ ਮਹੱਈਆ ਕਰਾਏ ਜਾਂਦੇ ਨੇ ਹੁਣ ਸਰਕਾਰ ਨੇ ਇਹ ਫੈਸਲਾ ਕਰ ਲਿਆ ਸ਼ਾਂਤਕਮਾਰ ਦੀ ਰਿਪੋਰਟ ਤੁਸੀਂ ਪੜ੍ਹੀ ਹੋਣੀ ਹੈ ਵੀ ਇਹ ਸਾਰਾ ਕੁਝ ਦੇ ਵਿੱਚ ਚੋਰੀ ਬਹੁਤ ਹੈ ਵੀ ਇਹਨੂੰ ਖਤਮ ਕਰਕੇ ਸਿੱਧਾ ਖਾਤਿਆਂ 'ਚ ਪੈਸੇ ਦਿਓ ਫੇਰ ਜਿਹੜੀ ਉਹ ਖਰੀਦੇ ਨੇ ਉਹਦਾ ਕੀ ਬਣੂ ਕੌਣ ਖਰੀਦੂ ਉਹ ਪ੍ਰਾਈਵੇਟ ਖਰੀਦੂ ਤੇ ਫੇਰ ਨਤੀਜਾ ਕੀ ਹੋਣਾ ਜਦ ਸਰਕਾਰ ਬਾਹਰ ਨਿਕਲ ਗਈ ਤਾਂ ਫਿਰ ਅਲਟੀਮੇਟਲੀ ਕਿਸਾਨ ਜਿਹੜਾ ਅੱਜ ਸਰਕਾਰ ਤੇ ਨਿਰਭਰ ਕਰਦਾ ਉਹ ਵੱਡੇ ਵਪਾਰੀ ਤੇ ਨਿਰਭਰ ਹੋ ਜਾਏਗਾ ਆਪਣੀ ਮਨਮਰਜ਼ੀ ਦਾ ਭਾਅ ਖਰੀਦੇ ਅਤੇ ਆਪਣੀ ਮਨਮਰਜ਼ੀ ਦੇ ਸਮੇਂ ਤੇ ਪੈਸਾ ਦੇਵੇ ਇਹ ਹਾਲਾਤਾਂ ਤੋਂ ਡਰਦੇ ਹੋਏ ਜਿਹੜੇ ਅੱਜ ਦੇਸ਼ ਦੇ ਕਿਸਾਨ ਨੇ ਉਹ ਆ ਸੜਕਾਂ ਤੇ ਉਤਰੇ ਹੋਏ ਨੇ ਇਹ ਸਰਕਾਰ ਚਾਹੇ ਜੋ ਮਰਜ਼ੀ ਸਮਝਾਉਣ ਦੀ ਕੋਸ਼ਿਸ਼ ਕਰੇ ਪਰ ਆਪਾਂ ਸਾਰੇ ਜਾਣਦੇ ਆ ਕਿ ਇਹਦੇ ਪਿੱਛੇ ਕੀ ਸੋਚ ਹੈ ਤੇ ਖਾਸ ਤੌਰ ਤੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਜਾਦੇ ਖਰੀਦ ਪੰਜਾਬ ਦੇ ਵਿੱਚੋਂ ਕੀਤੀ ਜਾਂਦੀ ਹੈ ਮੈਨੂੰ ਯਾਦ ਹੈ ਆ ਥੋੜਾ ਸਮਾਂ ਹੀ ਹੋਇਆ ਸਾਲ ਸਾਲਕ ਦਾ ਸਮਾਂ ਹੋਇਆ ਮੈਂ ਉਦੋਂ ਅਕਾਲੀ ਦਲ ਬਾਦਲ ਦਾ ਵਿਧਾਨ ਸਭਾ ਦੇ ਵਿੱਚ ਨੇਤਾ ਹੁੰਦਾ ਸੀ 370 ਦੀ ਧਾਰਾ ਤੋੜੀ ਗਈ ਤੇ ਸਾਡੇ ਹੀ ਕੁਝ ਪਾਰਟੀ ਦੇ ਆਗੂ ਕਹਿੰਦੇ ਸੀ ਬਹੁਤ ਵਧੀਆ ਕੀਤਾ ਮੋਦੀ ਨੇ ਬਹੁਤ ਵਧੀਆ ਕੀਤਾ ਮੈਂ ਉੱਥੇ ਹੀ ਬੈਠਾ ਸੀ ਮੈਂ ਕਿਹਾ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਕੀ ਸੋਚ ਰਹੇ ਹੋ ਪਹਿਲੀ ਗੱਲ ਤਾਂ ਸਾਡਾ ਜੋ ਪਾਰਟੀ ਦਾ ਸਿਧਾਂਤ ਹੈ ਉਹ ਤਾਂ ਸੂਬਿਆਂ ਨੂੰ ਵਧ ਅਧਿਕਾਰ ਦੇਣ ਦੀ ਗੱਲ ਕਰਦੇ ਅਸੀਂ ਸੂਬੇ ਨੂੰ ਖਤਮ ਹੀ ਕਰਤਾ ਤੇ ਤੁਸੀਂ ਜਿਹੜਾ ਹੈ ਬਿਨਾਂ ਸੋਚੇ ਸਮਝੇ ਵਾਵਾ ਕਰੀ ਜਾਂਦੇ ਹੋ ਤੇ ਮੈਂ ਕਿਹਾ ਵੀ ਇੱਕ ਤਾਂ ਮੈਂ ਇਹਦੇ ਤੇ ਬੋਲਣਾ ਨਹੀਂ ਜੇ ਇਹ ਡਿਸਕਸ਼ਨ ਆਈ ਐਸੈਂਬਲੀ ਦੇ ਵਿੱਚ ਭਾਵੇਂ ਮੈਂ ਪਾਰਟੀ ਦਾ ਨੇਤਾ ਮੈਂ ਇਸ ਮੁੱਦੇ ਤੇ ਬੋਲ ਨਹੀਂ ਸਕਦਾ ਕਿਉਂਕਿ ਸਾਡੇ ਸਿਧਾਂਤਾਂ ਦੇ ਹੁੰਦਾ ਦੂਜੀ ਗੱਲ ਮੈਂ ਕਿਹਾ ਅੱਜ ਨਹੀਂ ਤਾਂ ਕੱਲ ਨਹੀਂ ਤਾਂ ਕਸਮ ਇਹਨੂੰ ਇਹ ਕਹਾੜਾ ਥੋੜੇ ਤੇ ਵੀ ਚੱਲਣਾ ਆਪਣੇ ਤੇ ਵੀ ਚੱਲ ਸਕਦਾ ਮੈਂ ਤਾਂ ਕਿਹਾ ਸੀ ਮੈਨੂੰ ਤਾਂ ਇਹ ਲੱਗਦਾ ਸੀ ਸ਼ਾਇਦ 5-10 ਸਾਲਾਂ ਨੂੰ ਕਦੇ ਇਹ ਆਪਣੇ ਤੇ ਵੀ ਵਰਤਿਆ ਸੀ ਤਾਂ ਇਹਨਾਂ ਨੇ ਤਾਂ 6 ਮਹੀਨੇ ਨਹੀਂ ਟੱਪਣ ਦਿੱਤੇ ਇਹ ਕਾਨੂੰਨ ਲਿਆ ਕੇ ਤੇ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਕਿਸੇ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਨਹੀਂ ਤੇ ਇਹ ਤਾਂ ਮੈਂ ਸਮਝਦਾ ਲੋਕਤੰਤਰ ਦਾ ਨਾਂ ਨਹੀਂ ਲੋਕਤੰਤਰ ਇੱਕ ਮਜ਼ਾਕ ਬਣ ਕੇ ਰਹਿ ਗਿਆ ਜੇ ਤੁਸੀਂ ਆਪਦੇ ਲੋਕਾਂ ਨਾਲ ਜਿਨ੍ਹਾਂ ਦੀਆਂ ਵੋਟਾਂ ਨਾਲ ਇਹ ਸਰਕਾਰ ਬਣੀ ਹੈ ਜੋ ਉਹਨਾਂ ਨਾਲ ਬੈਠ ਕੇ ਤੁਸੀਂ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਫਿਰ ਉਹ ਸਰਕਾਰ ਸਰਕਾਰ ਕਹਣ ਦੀ ਹੱਕਦਾਰ ਨਹੀਂ ਹੈ ਤੇ ਦੂਜਾ ਆਪਣਾ ਅਫਸੋਸ ਦੀ ਗੱਲ ਹੈ ਕਿ ਪੰਜਾਬ ਇੱਕ ਐਸਾ ਸੂਬਾ ਹੈ ਸਾਡੀ ਭਾਵੇਂ ਗਿਣਤੀ ਥੋੜੀ ਐ ਸਾਡੀ ਰਾਜਸੀ ਤਾਕਤ ਸਾਡੀ ਥੋੜੀ ਐ ਪਰ ਸਾਡੀ ਦੇਣ ਬਹੁਤ ਵੱਡੀ ਐ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦਾ ਹੈ ਸਭ ਤੋਂ ਵੱਧ ਸ਼ਹੀਦियां ਸਭ ਤੋਂ ਵੱਧ ਜੇਲ੍ਹਾਂ ਪੰਜਾਬੀਆਂ ਨੇ ਜਿਹੜੀਆਂ ਕਟੀਆਂ ਦੂਜੇ ਨੰਬਰ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ جنگਾਂ ਹੋਈਆਂ ਉਥੇ ਵੀ ਜਿੱਥੇ ਪੰਜਾਬੀਆਂ ਨੇ ਇਕੱਲੇ ਆਪਦੀ ਸ਼ਹਾਦਤ ਨਹੀਂ ਦਿੱਤੀ ਉਥੇ ਪੰਜਾਬੀਆਂ ਨੇ ਉਹ ਜੰਗੇ ਮੈਦਾਨ ਚ ਜਿੱਥੇ ਸ਼ਹਾਦਤ ਦਿੱਤੀ ਉਥੇ ਨੁਕਸਾਨ ਵੀ ਪੰਜਾਬ ਦਾ ਹੋਇਆ ਕਿਉਂਕਿ ਸਰਹੱਦ ਪੰਜਾਬ ਦੀ ਸੀ ਦੇਸ਼ ਦੀ ਵੰਡ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੋਇਆ ਕਿਉਂਕਿ ਜਿਹੜਾ ਪੰਜਾਬ ਪਾਕਿਸਤਾਨ ਤੋਂ ਜੇ ਕੋਈ ਉੱਜੜ ਕੇ ਲੋਕ ਆਏ ਤਾਂ ਪੰਜਾਬੀ ਆਏ ਬਾਕੀ ਹੋਰ ਸੂਬਿਆਂ ਦੇ ਬਹੁਤ ਥੋੜੇ ਲੋਕ ਆਏ ਇਸ ਤੋਂ ਬਾਅਦ ਦੇਸ਼ ਨੂੰ ਅੰਨ ਦੀ ਲੋੜ ਪਈ ਤਾਂ ਫੇਰ ਪੰਜਾਬੀਆਂ ਨੇ ਆਪਦਾ ਖੂਨ ਪਸੀਨਾ ਬਹਾ ਕੇ ਦੇਸ਼ ਦਾ ਟਿੱਡ ਭਰਿਆ ਪਰ ਕਦੇ ਵੀ ਜਦ ਪੰਜਾਬ ਨੂੰ ਲੋੜ ਪਈ ਦੁੱਖ ਨਾਲ ਕਹਿਣਾ ਪੈਂਦਾ ਹੈ ਪੰਜਾਬ ਦੀ ਕਦੇ ਕਿਸੇ ਨੇ ਬਾਹ ਨਹੀਂ ਫੜੀ ਕਾਰਨ ਕੀ ਹੈ ਕਿ ਸਾਡੀ ਜਿਹੜੀ ਲੋਕਤੰਤਰ ਦੇ ਵਿੱਚ ਆਬਾਦੀ ਜਾਂ ਗਿਣਤੀ ਮਿੰਤੀ ਹੁੰਦੀ ਹੈ ਉਹ ਬਹੁਤ ਥੋੜੀ ਹੈ ਅਸੀਂ 2% ਵੀ ਹਿੱਸਾ ਨਹੀਂ ਹੈਗੇ ਸਾਡੀਆਂ ਪਾਰਲੀਮੈਂਟ ਚ 13 ਸੀਟਾਂ ਨੇ ਲੋ ਰਾਜ ਸਭਾ ਚ 7 ਸੀਟਾਂ ਨੇ ਜਿਹੜੀਆਂ ਕੋਈ ਮੈਨੇ ਨਹੀਂ ਰੱਖਦੀਆਂ ਜੇ ਇਹੀ ਲੜਾਈ ਕਿਤੇ ਐਡਾ ਹੀ ਸੰਘਰਸ਼ ਯੂਪੀ ਬਿਹਾਰ ਚ ਪੱਡਿਆ ਹੁੰਦਾ ਅੱਜ ਸਰਕਾਰ ਨੇ ਉਹਨਾਂ ਨੂੰ ਬੁਲਾ ਲੈਣਾ ਸੀ ਵੀ ਆਜੋ ਸਾਡੇ ਨਾਲ ਗੱਲ ਕਰ ਲਓ ਤੁਸੀਂ ਹੈਰਾਨ ਹੋਵੋਗੇ ਕਿਤੇ ਨਾ ਕਿਤੇ ਜਦ ਸੰਵਿਧਾਨ ਬਣਿਆ ਕਮੀਆਂ ਰਹਿ ਜਾਂਦੀਆਂ ਨੇ ਸਟਰਕਚਰ ਦੇ ਵਿੱਚ ਵੀ ਤੁਸੀਂ ਅਮਰੀਕਾ ਦਾ ਰਾਸ਼ਟਰਪਤੀ ਦੀ ਚੋਣ ਚੜ੍ਹ ਰਹੀ ਹੈ ਇਹਦਾ ਵੀ ਤੁਸੀਂ ਦੇਖਿਆ ਅੱਜ ਤੁਹਾਨੂੰ ਬੜੀ ਮਜ਼ੇਦਾਰ ਗੱਲ ਦੱਸਦਾ ਉਥੇ ਕਿੰਨੀ ਸਿਆਣਪ ਨਾਲ ਉਹਨਾਂ ਨੇ ਸਰਕਾਰਾਂ ਆਪਦੀਆਂ ਜਿਹੜੀਆਂ ਅਸੈਂਬਲੀਆਂ ਪਾਰਲੀਮੈਂਟਾਂ ਬਣਾਈਆਂ ਜਿਵੇਂ ਆਪਣੇ ਰਾਜ ਸਭਾ ਤੇ ਲੋਕ ਸਭਾ ਹੈ ਉਥੇ ਸੈਨੇਟ ਹੁੰਦੀ ਹੈ ਇੱਕ ਇੱਕ ਹੁੰਦੀ ਹੈ ਕਾਂਗਰਸ ਜਿਹਨੂੰ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਕਹਿੰਦੇ ਆ ਜਿਹੜੀ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਹੈ ਉਥੇ ਆਬਾਦੀ ਮੁਤਾਬਕ ਲੋਕ ਚੁਣ ਕੇ ਜਾਂਦੇ ਆ ਜੇ ਕਿਸੇ ਸੂਬੇ ਦੀ ਵੱਧ ਆਬਾਦੀ ਹੈ ਉਥੇ ਦੇ ਵੱਧ ਹੋਣਗੇ ਘੱਟ ਵਾਲੀ ਘੱਟ ਹੋਣਗੇ ਉੱਤੇ ਫਰਕ ਐਨਾ ਸੂਬਿਆਂ ਦੀ ਆਬਾਦੀ 'ਚ ਕਈ ਸੂਬਿਆਂ ਦੀ ਤਾਂ ਆਬਾਦੀ 3-4 ਲੱਖ ਹੈ ਕਈਆਂ ਦੀ 4-5 ਕਰੋੜ ਹੈ 100-100 ਗੁਣਾ ਫਰਕ ਹੈ ਆਬਾਦੀ ਦਾ ਪਰ ਉਹਨਾਂ ਨੇ ਇੱਕ ਹੋਰ ਬੜੀ ਵਧੀਆ ਗੱਲ ਕੀਤੀ ਵੀ ਜਿਹੜੀ ਸੈਨੇਟ ਹੈ ਸੈਨੇਟ ਦੇ ਵਿੱਚ ਸਾਰੇ ਸੂਬਿਆਂ ਦੇ ਬਰਾਬਰ ਮੈਂਬਰ ਨੇ ਜੇ ਦੋ ਮੈਂਬਰ ਚਾਹੇ ਉਹ ਵੱਡਾ ਸੂਬਾ ਕੈਲੀਫੋਰਨੀਆ ਹੈ ਚਾਹੇ ਨਾਰਥ ਡਾਕੋਟਾ ਵਰਗਾ ਛੋਟਾ ਜਿਹਾ ਸੂਬਾ ਹੈ ਹਰ ਕਿਸੇ 'ਚੋਂ ਦੋ ਸੈਨੇਟ ਵਿੱਚ ਮੈਂਬਰ ਜਾਣਗੇ ਕਿਉਂ ਉਹ ਕਹਿੰਦੇ ਵੀ ਅਸੀਂ ਇਸ ਕਰਕੇ ਕੀਤਾ ਵੀ ਜਿਹੜੀ ਮੇਜੋਰਿਟਿਜ਼ਮ ਹੈ ਉਹ ਕਦੇ ਹਾਵੀ ਨਾ ਹੋ ਜੇ ਸਚਾਈ ਦੇ ਉੱਤੇ ਕਿਤੇ ਜਿਹੜੇ ਵੱਡੇ ਸੂਬੇ ਨੇ ਉਹ ਛੋਟੇ ਸੂਬੇ ਨਾਲ ਧੱਕਾ ਨਾ ਕਰਨ ਲੱਗ ਪੈਣ ਇਸ ਲਈ ਉਹਨਾਂ ਨੇ ਇਹ ਜਿਹੜਾ ਆਪਦਾ ਐਸਾ ਸਿਸਟਮ ਲਿਆਂਦਾ ਜਿਹੜੀ ਸਾਡੇ ਵਿੱਚ ਬੜੀ ਕਮੀਆਂ ਜਿਸ ਕਰਕੇ ਸਾਡੀ ਜਿਹੜੀ ਆਵਾਜ਼ ਨਾ ਪਹੁੰਚਦੀ ਹੈ ਨਾ ਹੀ ਉੱਥੇ ਦਬਾਅ ਸੁਣਿਆ ਜਾਂਦਾ ਉੱਥੇ ਸਾਡੇ ਐਮਪੀਆ ਨੇ ਮੈਂ ਕਿਸੇ ਦੀ ਨੁਕਤਾਚੀ ਨਹੀਂ ਨਹੀਂ ਕਰਨਾ ਚਾਹੁੰਦਾ ਸਾਰਿਆਂ ਨੇ ਆਪਦਾ ਆਪਦਾ ਹਿੱਸਾ ਰੌਲਾ ਪਾਇਆ ਉੱਥੇ ਬੋਟ ਪਾਈ ਬੀਜੇਪੀ ਤੋਂ ਬਿਨਾ ਪਰ ਕਿਉਂ ਨਹੀਂ ਸੁਣੀ ਗਈ ਕਿਉਂਕਿ ਸਾਡੀ ਉਥੇ ਉਹ ਆਵਾਜ਼ ਖਾਸ ਤੌਰ ਤੇ ਸਾਡਾ ਜੋ ਤਾਕਤ ਖਾਸ ਤੌਰ ਤੇ ਸਿਆਸੀ ਸੀ ਉਹ ਬੜੀ ਸੀਮਤ ਸੀ ਇਸ ਕਰਕੇ ਅੱਜ ਸਾਨੂੰ ਇਹ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਆ ਇਹ ਸਾਡੀਆਂ ਮਾਈਆਂ ਆਪਦੇ ਕੰਮ ਛੱਡ ਕੇ ਸੜਕਾਂ ਤੇ ਬੈਠੀਆਂ ਨੇ ਤੇ ਦੱਸੋ ਇਸ ਤੋਂ ਵੱਧ ਦੁਖਦਾਈ ਗੱਲ ਕੀ ਹੋ ਸਕਦੀ ਹੈ ਤੇ ਮੈਂ ਤਾਂ ਇਸ ਮੌਕੇ ਤੇ ਕਹਿ ਸਕਦਾ ਕਿ ਸਾਨੂੰ ਅੱਜ ਹਰ ਚੀਜ਼ ਪੁੱਲਾ ਕੇ ਸਾਡੇ મતਭੇਦ ਬਹੁਤ ਹੋਣਗੇ ਸਾਰੀਆਂ ਪਾਰਟੀਆਂ ਚ ਵੀ ਹੁੰਦੇ ਭਾਈਚਾਰਿਆਂ ਚ ਵੀ ਹੁੰਦੇ ਨੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਬਣੀਆਂ ਹੋਈਆਂ ਪਰ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਲੜਾਈ ਨੂੰ ਅੱਗੇ ਲਿਜਾਣ ਦੀ ਲੋੜ ਹੈ ਤੇ ਇਹ ਲੜਾਈ ਕਿਵੇਂ ਜਿੱਤੀ ਜਾਣੀ ਹੈ ਉਹਦੇ ਵਾਸਤੇ ਵੀ ਸਾਨੂੰ ਪੂਰੇ ਦੇਸ਼ ਨੂੰ ਨਾਲ ਲੈਣਾ ਪੈਣਾ ਦੇਸ਼ ਦੀ ਕਿਸਾਨੀ ਨੂੰ ਸਮਝਾਉਣਾ ਪੈਣਾ ਕਿ ਇਹ ਜਿਹੜਾ ਹੈ ਇਹਦੀ ਜਿਹੜੇ ਮਨਸੂਬੇ ਨੇ ਇਹ ਜਿਹੜੀ ਕਿਸਾਨੀ ਨੂੰ ਖਤਮ ਕਰਨ ਦੇ ਮਨਸੂਬੇ ਜੇ ਅੱਜ ਪੰਜਾਬ ਤੇ ਇਹ ਹਮਲਾ ਹੋਇਆ ਹੈ ਕੱਲ ਹੋਰ ਤੀਜਾ ਸੂਬਾ ਕੋਈ ਹੋਰ ਵੀ ਹੋ ਸਕਦਾ ਜਿਹਦੇ ਤੇ ਇਹ ਇਕੱਲੇ ਇਕੱਲੇ ਕਰਕੇ ਉਹਨਾਂ ਦਾ ਨੁਕਸਾਨ ਕਰ ਸਕਦੇ ਆ ਸਾਰੀਆਂ ਪਾਰਟੀਆਂ ਦੇਸ਼ ਦੀਆਂ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਸਾਨੂੰ ਇਕੱਠੇ ਜੋੜਨਾ ਚਾਹੀਦਾ ਸਾਰਿਆਂ ਨੂੰ ਇਸ ਸੰਘਰਸ਼ ਦੇ ਵਿੱਚ ਤਾਂ ਹੀ ਅਸੀਂ ਜਿਹੜੀ ਹੈ ਜਿੱਤ ਪ੍ਰਾਪਤ ਕਰ ਸਕਦੇ ਆ ਸਾਨੂੰ ਜਿਹੜਾ ਦਿੱਲੀ ਦਾ ਕਿਸਾਨ ਯੂਨੀਅਨ ਨੇ ਫੈਸਲਾ ਕੀਤਾ ਵੀ 26 27 ਤਰੀਕ ਨੂੰ ਅਸੀਂ ਦਿੱਲੀ ਜਾ ਕੇ ਉੱਥੇ 2 ਦਿਨ ਦਾ ਧਰਨਾ ਰੱਖਾਂਗੇ ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਵੀ ਆਪਾਂ ਨੂੰ ਉਹਦੇ ਵਿੱਚ ਵੀ ਸਭ ਤੋਂ ਹਰ ਕੋਈ ਬੰਦਾ ਛੱਡ ਕੇ ਆਪਦੇ ਫਰਕ ਉਹਦੇ ਵਿੱਚ ਸ਼ਾਮਿਲ ਹੋ ਤਾਂ ਕਿ ਦਿੱਲੀ ਜਾ ਕੇ ਜਿਹੜੀ ਲੜਾਈ ਧਾਕੇ ਦਿੱਲੀ ਜਿੱਤੀ ਜਾਣੀ ਹੈ ਉੱਥੇ ਜਾ ਕੇ ਉਹਨੂੰ ਆਪਾਂ ਇੱਕ ਸੰਦੇਸ਼ ਦੇ ਸਕੀਏ ਵੀ ਸਾਰੇ ਪੰਜਾਬੀ ਅੱਜ ਇਕੱਠੇ ਹੋ ਚੁੱਕੇ ਨੇ ਤੇ ਇਹ ਜਿਹੜੀ ਤਾਨਾਸ਼ਾਹੀ ਹੈ ਇਹ ਅਸੀਂ ਕਿਸੇ ਹਰਗिज ਨਾ ਕਦੇ ਪੰਜਾਬੀਆਂ ਨੇ ਪਹਿਲਾਂ ਸੈਨ ਕੀਤੀ ਹੈ ਨਾ ਹੀ ਕਦੇ ਤਾਨਾਸ਼ਹੀ ਜਿਹੜੀ ਹੈ ਵਿਖ ਵਿੱਚ ਪੰਜਾਬੀ ਕਦੇ ਸੈਨ ਕਰਨਗੇ ਸੋ ਮੈਂ ਨਾਲ ਹੀ ਆਪਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦਾ ਨੁਮਾਇੰਦਾ ਹੋਣ ਦੇ ਨਾਤੇ ਤੁਹਾਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਕਿ ਸਾਡਾ ਪਹਿਲੇ ਦਿਨ ਤੋਂ ਹੀ ਇਹ ਫੈਸਲਾ ਸੀ ਕਿ ਆਪਾਂ ਸੰਘਰਸ਼ ਲੋਕਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣਾ ਕੋਈ ਆਪਦੀ ਆਪਦੀ ਡਫਰੀ ਨਹੀਂ ਭਜਾਉਣੀ ਤਾਂ ਕਿ ਜੇ ਕਿਸਾਨ ਯੂਨੀਅਨਾਂ ਜੋ ਫੈਸਲਾ ਕਰਨ ਗਿਆ ਉਹਨਾਂ ਦੇ ਉੱਤੇ ਅਸੀਂ ਪਹਿਰਾ ਦੇਵਾਂਗੇ ਉਹਨਾਂ ਦੇ ਸਾਰੇ ਜੋ ਪ੍ਰੋਗਰਾਮ ਨੇ ਉਹਦੇ ਵਿੱਚ ਹਿੱਸਾ ਲਵਾਂਗੇ ਮੈਨੂੰ ਖੁਸ਼ੀ ਹੈ ਵੀ ਸਾਡੇ ਜਿਹੜੇ ਆਗੂ ਵਰਕਰ ਨੇ ਉਹਨਾਂ ਦੇ ਜਿੱਥੇ-ਜਿੱਥੇ ਬੈਠੇ ਸੀ ਸਾਰਿਆਂ ਨੇ ਆਪਦਾ ਜਿੰਨਾ ਕਿ ਵੀ ਯੋਗਦਾਨ ਪਾ ਸਕਦੇ ਸੀ ਉਹ ਪਾਉਣ ਦਾ ਯਤਨ ਕੀਤਾ ਅੱਗੇ ਵੀ ਅਸੀਂ ਪੂਰਾ ਜਿਹੜਾ ਹੈ ਆਪਦੇ ਵੱਲੋਂ ਇਹ ਵਿਸ਼ਵਾਸ ਦਿਵਾਉਣੇ ਆ ਤੇ 26 ਤਰੀਕ ਨੂੰ 27 ਨੂੰ ਵੀ ਸਾਡੇ ਸਾਰੇ ਜਿਹੜੇ ਆਗੂ ਸਾਡੇ ਸਾਰੇ ਵਰਕਰ ਉਹ ਜਾ ਕੇ ਦਿੱਲੀ ਦੇ ਵਿੱਚ ਆਪਦਾ ਜ਼ਰੂਰ ਹਿੱਸਾ ਪਾਉਣੀ ਹੈ ਅਸੀਂ ਕੋਈ ਲੀਡਰ ਦੇ ਤੌਰ ਤੇ ਨਹੀਂ ਉੱਥੇ ਜਾਣਾ ਅਸੀਂ ਆਮ ਇੱਕ ਕਿਸਾਨ ਦੇ ਤੌਰ ਤੇ ਕਿਸਾਨ ਪੰਜਾਬੀ ਦੇ ਤੌਰ ਤੇ ਉੱਥੇ ਜਾ ਕੇ ਹਿੱਸਾ ਲੈਣਾ ਸੋ ਮੈਂ ਫਿਰ ਜਿੱਥੇ ਸਮਾਂ ਕਿਉਂਕਿ ਬਹੁਤ ਹੋ ਗਿਆ ਮੈਂ ਵਿਸ਼ੇਸ਼ ਤੌਰ ਤੇ ਸਾਡੇ ਵੀਰ ਦੀਪ ਜੀ ਜਿਹੜੇ ਇੱਕ ਨਾਮਵਾਰ ਕਲਾਕਾਰ ਨੇ ਆਪਦਾ ਸਾਰਾ ਪ੍ਰੋਫੈਸ਼ਨ ਨੂੰ ਪਿੱਛੇ ਧੱਕ ਕੇ ਅੱਜ ਇੱਥੇ ਬੈਠੇ ਨੇ ਸਾਰਾ ਆਪਦਾ ਕੰਮ ਛੱਡ ਕੇ ਹੋਰ ਉਹਨਾਂ ਦੇ ਸਾਰੇ ਸਾਥੀ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿਨਾ ਕਿ ਉਹਨਾਂ ਨੇ ਜਦ ਲੋੜ ਪਈ ਐ ਅੱਜ ਪੰਜਾਬ ਦੇ ਲੋਕਾਂ ਨੂੰ ਤਾਂ ਉਹ ਮੂਹਰੇ ਆ ਕੇ ਖੜੇ ਨੇ ਉਹਨਾਂ ਨੇ ਆਪਦੇ ਜਜ਼ਬਾਤ ਵੀ ਤੁਸੀਂ ਸਾਰਿਆਂ ਨੇ ਉਹਨਾਂ ਦੇ ਸੁਣੇ ਹੋਣੇ ਹੋਰ ਸਾਰੇ ਸਾਥੀਆਂ ਦੇ ਮੈਂ ਇੱਕੋ ਹੀ ਫੇਰ ਦੁਆਰੇ ਹੀ ਕਰਦਾ ਵੀ ਇਹਦਾ ਜਿੱਤ ਦਾ ਸਿਰਫ ਇੱਕੋ ਹੀ ਰਸਤਾ ਹੈ ਉਹ ਹੈ ਏਕਤਾ ਤੇ ਉਹਦੇ ਰਾਹੀਂ ਹੀ ਜਿਹੜੀ ਇਹ ਜਿੱਤ ਸਾਰੀ ਪ੍ਰਾਪਤ ਹੋਣੀ ਹੈ ਨਹੀਂ ਜਿਸ ਤਰੀਕੇ ਨਾਲ ਕੱਲੇ-ਕੱਲੇ ਚਾਹੇ 312 70 ਤੋੜਨ ਦੀ ਗੱਲ ਹੋਵੇ 4 CAA ਦੀ ਗੱਲ ਹੋਵੇ ਜਿਹੜੀ ਲਾਗੂ ਕੀਤਾ ਉਹ ਸਿਟੀਨਰਸ਼ਿਪ ਅਮੈਂਡਮੈਂਟ ਐਕਟ ਉਹਦੇ ਵਿੱਚ ਵੀ ਪਹਿਲਾਂ ਮੁਸਲਮਾਨ ਭਾਈਚਾਰੇ ਨੂੰ ਅਡਡ ਕਰ ਦਿੱਤਾ ਗਿਆ ਤੋਂ ਮੈਂ ਧਰਮ ਦੀ ਗੱਲ ਨਹੀਂ ਕਰਾਂਗਾ ਮੈਂ ਤਾਂ ਇਹ ਗੱਲ ਕਰਦਾ ਵੀ ਇਹ ਇੱਕ ਬੜੀ ਸੋਚੀ ਸਮਝੀ ਸਾਜਿਦ ਦੇ ਤਹਿਤ ਇਹ ਜੋ ਸਾਰਾ ਕੁਝ ਹੋ ਰਿਹਾ ਹੈ ਇਹ ਤੋਂ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਇਹ ਕੋਈ ਇਕੱਲੀ ਕਿਸਾਨੀ ਦੀ ਲੜਾਈ ਵੀ ਨਹੀਂ ਇਹ ਸੂਬਿਆਂ ਦੀ ਵੀ ਲੜਾਈ ਆਖਰ ਸੂਬਿਆਂ ਦੇ ਅਧਿਕਾਰਾਂ ਤੇ ਵੀ ਟਾਕਾ ਵੱਜਿਆ ਅੱਜ ਅੱਜ ਸਿਰਫ ਇੱਕ ਕਿਸਾਨੀ ਦੀ ਦਿਕ ਰਹੀ ਹੈ ਪਰ ਕੱਲ ਨੂੰ ਜਦ ਸੂਬਿਆਂ ਦੇ ਅਹੀਂ ਅਧਿਕਾਰ ਖੋਏ ਜਾਂਦੇ ਰਹੇ ਤਾਂ ਘਰ ਫਿਰ ਸੂਬੇ ਨਹੀਂ ਰਹਿ ਜਾਣੇ ਉਹ ਤਾਂ ਇੱਕ ਡਿਗਨੀਫਾਈਡ ਮਿਊਸਪਲ ਕਮੇਟੀਆਂ ਬਣ ਜਾਣਗੀਆਂ ਜਿਨ੍ਹਾਂ ਕੋਲ ਆਪਦੇ ਕੋਈ ਅਧਿਕਾਰ ਨਹੀਂ ਉਹ 24 ਘੰਟੇ ਕੇਂਦਰ ਦੇ ਮੂੰਹ ਵੱਲ ਝਾਕੀ ਜਾਣਗੇ ਵੀ ਕਦ ਉਹਨਾਂ ਦਾ ਸਾਡੇ ਤੇ ਕਿਰਪਾ ਹੋਊਗੀ ਤੇ ਕਦ ਅਸੀਂ ਜਿਹੜਾ ਹੈ ਆਪਦੇ ਸੂਬੇ 'ਚ ਕੋਈ ਫੈਸਲਾ ਕਰ ਸਕਾਂਗੇ ਸੋ ਇਸ ਤਰੀਕੇ ਦੇ ਨਾਲ ਅੱਜ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਤਾਂ ਸੰਘਰਸ਼ਾਂ ਚੋਂ ਨਿਕਲੀ ਪਾਰਟੀ ਹੈ ਜੇ ਸੂਬਿਆਂ ਦੀ ਵਾਧ ਅਧਿਕਾਰ ਦੀ ਕਿਸੇ ਵੀ ਪਾਰਟੀ ਨੇ ਪੰਜਾਬ ਚ ਪਹਿਲਾਂ ਗੱਲ ਦੇਸ਼ ਚ ਗੱਲ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਇਸ ਲਈ ਉਸ ਪਾਰਟੀ ਦੇ ਵਾਰਿਸ ਦੇ ਤੌਰ ਤੇ ਅਸੀਂ ਇਹੀ ਨਿਸ਼ਾਨਾ ਵੀ ਇਹੀ ਲੈ ਕੇ ਚੱਲੇ ਆਂ ਕਿ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੀ ਸਥਾਪਨਾ ਹੋਈ ਹੈ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਤੇ ਪਹਿਰਾ ਦੇਵਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਸੀ ਜਿਹੜੀ ਸਾਡੇ ਬਜ਼ੁਰਗਾਂ ਦੀ ਉਹਦੇ ਚੱਲਾਂਗੇ ਇਹੀ ਮੁੱਖ ਜਿਹੜੀ ਚੀਜ਼ ਨੂੰ ਲੈ ਕੇ ਅਸੀਂ ਚੱਲੇ ਆ ਤਾਂ ਇਹ ਮੈਂ ਸਮਝਦਾ ਸਭ ਤੋਂ ਉਹਦੇ ਵਿੱਚ ਜੇ ਮੂਲ ਸੀ ਤਾਂ ਉਹ ਸਾਡੀ ਜਿੱਥੇ ਪੰਥਕ ਸੋਚ ਸੀ ਉੱਥੇ ਕਿਸਾਨੀ ਜਿਹੜੀ ਸੀ ਪੰਜਾਬ ਦੀ ਪੰਜਾਬ ਦੇ ਮਜ਼ਦੂਰ ਦੀ ਗੱਲ ਸੀ ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਕਰਦਾ ਰਿਹਾ ਇਸ ਲਈ ਮੈਂ ਫੇਰ ਆਪਦੇ ਵੱਲੋਂ ਜਿਹੜੇ ਮੇਰੇ ਸਾਥੀ ਵੀ ਸਾਡੇ ਨਾਲ ਆਏ ਨੇ ਉਹਨਾਂ ਵੱਲੋਂ ਵੀ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਦਿੱਤਾ ਸਦਾ ਮੌਕਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ